ਆ ਲੁਟੇਰਿਆਂ ਦੀ ਕਰਤੂਤ ਦੇਖੋ, ਆਪਣੇ ਬੱਚੇ ਦੇ ਨਾਲ ਇੱਕ ਔਰਤ ਤੁਰੀ ਜਾ ਰਹੀ ਸੀ ਤੇ ਪਿੱਛੋਂ ਆ ਰਹੇ ਇਹਨਾਂ ਲੁਟੇਰਿਆਂ ਨੇ ਉਸ ਦਾ ਪਰਸ ਖੋਲਿਆ ਤੇ ਫਰਾਰ ਹੋ ਗਏ। ਜਿਸ ਤੋਂ ਬਾਅਦ ਔਰਤ ਭੱਜਦੀ ਵੀ ਦਿਖਾਈ ਦੇ ਰਹੀ ਹੈ ਤਾਂ ਆਪਣੇ ਪੁੱਤਰ ਦੇ ਨਾਲ ਇਹ ਔਰਤ ਤੁਰੀ ਜਾ ਰਹੀ ਸੀ ਤੇ ਪਿੱਛੋਂ ਬਾਈਕ ਤੇ ਆਏ ਲੁਟੇਰਿਆਂ ਨੇ ਇਸ ਦਾ ਪਰਸ ਖੋਲਿਆ ਤੇ ਪਰਸ ਖੋ ਕੇ ਫਰਾਰ ਹੋ ਗਏ। ਲੁਟੇਰਿਆਂ ਦੇ ਪਿੱਛੇ ਭੱਜਦੀ ਰਹਿ ਗਈ ਔਰਤ ਹੁਣ ਗਲੀਆਂ ਮੁਹੱਲਿਆਂ 'ਚ ਵੀ ਇਸ ਢੰਗ ਦੇ ਨਾਲ ਜਾ ਰਹੇ ਲੋਕ ਸੁਰੱਖਿਅਤ ਨਹੀਂ ਲੱਗ ਰਹੇ। ਦਿਨ 'ਚ ਹੀ ਲੁਟੇਰੇ ਵੱਡੀਆਂ ਵੱਡੀਆਂ ਵਾਰਦਾਤਾਂ ਕਰ ਰਹੇ ਨੇ, ਤੁਸੀਂ ਵੀ ਇਹਨਾਂ ਲੁਟੇਰਿਆਂ ਨੂੰ ਪਹਿਚਾਨਣ 'ਚ ਮਦਦ ਕਰੋ। ਬਠਿੰਡਾ ਦੇ ਗੋਨਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਇੱਕ ਔਰਤ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ। ਸੀਸੀਟੀਵੀ ਦੇ ਵਿੱਚ ਇਹ ਲੁਟੇਰਿਆਂ ਦੀ ਕਰਤੂਤ ਕੈਦ ਹੋਈ ਹੈ। ਦੱਸਦੀਏ ਕਿ ਬਠਿੰਡਾ ਦੇ ਗੋਨਿਆਣਾ ਤੋਂ ਇਹ ਖਬਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਮਾਂ ਅਤੇ ਉਸ ਦਾ ਬੇਟਾ ਤੁਰੇ ਜਾ ਰਹੀ ਸੀ ਗਲੀ ਦੇ ਵਿੱਚ ਤੇ ਦੋ ਬਾਈਕ ਸਵਾਰ ਲੁਟੇਰੇ ਆਉਂਦੇ ਨੇ, ਉਸ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਪੁਲਿਸ ਸੀਸੀਟੀਵੀ ਕੰਘਾਲ ਰਹੀ ਹੈ ਅਤੇ ਇਹਨਾਂ ਲੁਟੇਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਆ, ਪਰ ਤੁਸੀਂ ਵੀ ਇਹਨਾਂ ਲੁਟੇਰਿਆਂ ਨੂੰ ਲੱਭਣ 'ਚ ਮਦਦ ਕਰੋ ਤਾਂ ਜੋ ਇਹ ਕਾਬੂ ਆ ਸਕਣ ਅਤੇ ਅੱਗਿਓਂ ਕਿਸੇ ਨੂੰ ਇਸ ਢੰਗ ਦੇ ਨਾਲ ਨਿਸ਼ਾਨਾ ਨਾ ਬਣਾ ਸਕਣ। ਪਰ ਗਲੀਆਂ ਮੁਹੱਲਿਆਂ 'ਚ ਵੀ ਜਾ ਰਹੇ ਲੋਕ ਸੁਰੱਖਿਅਤ ਨਹੀਂ ਨਜ਼ਰ ਆ ਰਹੇ। ਅਹਤਿਆਤ ਦੇ ਤੌਰ 'ਤੇ ਤੁਹਾਨੂੰ ਆਪਣਾ ਪਰਸ, ਤੁਹਾਨੂੰ ਆਪਣਾ ਮੋਬਾਈਲ ਲੁਕਾ ਕੇ ਹੀ ਲਿਜਾਣਾ ਪਵੇਗਾ, ਕਿਉਂਕਿ ਇਹਨਾਂ ਲੁਟੇਰਿਆਂ ਦੀ ਅੱਖ ਹਮੇਸ਼ਾ ਹੀ ਰਹਿੰਦੀ ਹੈ ਕਿ ਜੇ ਕੋਈ ਪਰਸ ਹੱਥ ਦੇ ਵਿੱਚ ਫੜ ਕੇ ਤੁਰ ਰਿਹਾ ਹੈ ਤਾਂ ਪਰਸ ਖੋਲੋ, ਜੇ ਕੋਈ ਮੋਬਾਈਲ ਹੱਥ ਦੇ ਵਿੱਚ ਫੜ ਕੇ ਜਾ ਰਿਹਾ ਹੈ ਤਾਂ ਮੋਬਾਈਲ ਖੋਲੋ। ਤਾਂ ਇਹ ਤਸਵੀਰਾਂ ਬਠਿੰਡਾ ਦੇ ਗੁਨਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਲੁਟੇਰਿਆਂ ਦੇ ਵੱਲੋਂ ਇਸ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਔਰਤ ਆਪਣੇ ਬੱਚੇ ਦੇ ਨਾਲ ਜਾ ਰਹੀ ਸੀ, ਲੁਟੇਰਿਆਂ ਨੇ ਇਸ ਤੋਂ ਪਰਸ ਖੋਲਿਆ ਤੇ ਫਰਾਰ ਹੋ ਗਏ। ਆ ਲੁਟੇਰਿਆਂ ਦੀ ਕਰਤੂਤ ਦੇਖੋ, ਆਪਣੇ ਬੱਚੇ ਦੇ ਨਾਲ ਇੱਕ ਔਰਤ ਤੁਰੀ ਜਾ ਰਹੀ ਸੀ ਤੇ ਪਿੱਛੋਂ ਆ ਰਹੇ ਇਹਨਾਂ ਲੁਟੇਰਿਆਂ ਨੇ ਉਸ ਦਾ ਪਰਸ ਖੋਲਿਆ ਤੇ ਫਰਾਰ ਹੋ ਗਏ। ਜਿਸ ਤੋਂ ਬਾਅਦ ਔਰਤ ਭੱਜਦੀ ਵੀ ਦਿਖਾਈ ਦੇ ਰਹੀ ਹੈ ਤਾਂ ਆਪਣੇ ਪੁੱਤਰ ਦੇ ਨਾਲ ਇਹ ਔਰਤ ਤੁਰੀ ਜਾ ਰਹੀ ਸੀ ਤੇ ਪਿੱਛੋਂ ਬਾਈਕ ਤੇ ਆਏ ਲੁਟੇਰਿਆਂ ਨੇ ਇਸ ਦਾ ਪਰਸ ਖੋਲਿਆ ਤੇ ਪਰਸ ਖੋ ਕੇ ਫਰਾਰ ਹੋ ਗਏ। ਲੁਟੇਰਿਆਂ ਦੇ ਪਿੱਛੇ ਭੱਜਦੀ ਰਹਿ ਗਈ ਔਰਤ ਹੁਣ ਗਲੀਆਂ ਮੁਹੱਲਿਆਂ 'ਚ ਵੀ ਇਸ ਢੰਗ ਦੇ ਨਾਲ ਜਾ ਰਹੇ ਲੋਕ ਸੁਰੱਖਿਅਤ ਨਹੀਂ ਲੱਗ ਰਹੇ। ਦਿਨ 'ਚ ਹੀ ਲੁਟੇਰੇ ਵੱਡੀਆਂ ਵੱਡੀਆਂ ਵਾਰਦਾਤਾਂ ਕਰ ਰਹੇ ਨੇ, ਤੁਸੀਂ ਵੀ ਇਹਨਾਂ ਲੁਟੇਰਿਆਂ ਨੂੰ ਪਹਿਚਾਨਣ 'ਚ ਮਦਦ ਕਰੋ। ਬਠਿੰਡਾ ਦੇ ਗੋਨਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਇੱਕ ਔਰਤ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ। ਸੀਸੀਟੀਵੀ ਦੇ ਵਿੱਚ ਇਹ ਲੁਟੇਰਿਆਂ ਦੀ ਕਰਤੂਤ ਕੈਦ ਹੋਈ ਹੈ। ਦੱਸਦੀਏ ਕਿ ਬਠਿੰਡਾ ਦੇ ਗੋਨਿਆਣਾ ਤੋਂ ਇਹ ਖਬਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਮਾਂ ਅਤੇ ਉਸ ਦਾ ਬੇਟਾ ਤੁਰੇ ਜਾ ਰਹੀ ਸੀ ਗਲੀ ਦੇ ਵਿੱਚ ਤੇ ਦੋ ਬਾਈਕ ਸਵਾਰ ਲੁਟੇਰੇ ਆਉਂਦੇ ਨੇ, ਉਸ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਪੁਲਿਸ ਸੀਸੀਟੀਵੀ ਕੰਘਾਲ ਰਹੀ ਹੈ ਅਤੇ ਇਹਨਾਂ ਲੁਟੇਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਆ, ਪਰ ਤੁਸੀਂ ਵੀ ਇਹਨਾਂ ਲੁਟੇਰਿਆਂ ਨੂੰ ਲੱਭਣ 'ਚ ਮਦਦ ਕਰੋ ਤਾਂ ਜੋ ਇਹ ਕਾਬੂ ਆ ਸਕਣ ਅਤੇ ਅੱਗਿਓਂ ਕਿਸੇ ਨੂੰ ਇਸ ਢੰਗ ਦੇ ਨਾਲ ਨਿਸ਼ਾਨਾ ਨਾ ਬਣਾ ਸਕਣ। ਪਰ ਗਲੀਆਂ ਮੁਹੱਲਿਆਂ 'ਚ ਵੀ ਜਾ ਰਹੇ ਲੋਕ ਸੁਰੱਖਿਅਤ ਨਹੀਂ ਨਜ਼ਰ ਆ ਰਹੇ। ਅਹਤਿਆਤ ਦੇ ਤੌਰ 'ਤੇ ਤੁਹਾਨੂੰ ਆਪਣਾ ਪਰਸ, ਤੁਹਾਨੂੰ ਆਪਣਾ ਮੋਬਾਈਲ ਲੁਕਾ ਕੇ ਹੀ ਲਿਜਾਣਾ ਪਵੇਗਾ, ਕਿਉਂਕਿ ਇਹਨਾਂ ਲੁਟੇਰਿਆਂ ਦੀ ਅੱਖ ਹਮੇਸ਼ਾ ਹੀ ਰਹਿੰਦੀ ਹੈ ਕਿ ਜੇ ਕੋਈ ਪਰਸ ਹੱਥ ਦੇ ਵਿੱਚ ਫੜ ਕੇ ਤੁਰ ਰਿਹਾ ਹੈ ਤਾਂ ਪਰਸ ਖੋਲੋ, ਜੇ ਕੋਈ ਮੋਬਾਈਲ ਹੱਥ ਦੇ ਵਿੱਚ ਫੜ ਕੇ ਜਾ ਰਿਹਾ ਹੈ ਤਾਂ ਮੋਬਾਈਲ ਖੋਲੋ। ਤਾਂ ਇਹ ਤਸਵੀਰਾਂ ਬਠਿੰਡਾ ਦੇ ਗੁਨਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਲੁਟੇਰਿਆਂ ਦੇ ਵੱਲੋਂ ਇਸ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਔਰਤ ਆਪਣੇ ਬੱਚੇ ਦੇ ਨਾਲ ਜਾ ਰਹੀ ਸੀ, ਲੁਟੇਰਿਆਂ ਨੇ ਇਸ ਤੋਂ ਪਰਸ ਖੋਲਿਆ ਤੇ ਫਰਾਰ ਹੋ ਗਏ।